हेलो फ्रेंड्स, वेलकम टू आवर यूट्यूब चैनल। यही साडे चैनल दी पहली वीडियो है। एक आईटी चैनल है जिहड़ा मैं बनाने जा रहा हूँ। इहदे अंदर जिन्नियां भी वीडियोज़ आणगियां सारियां आईटी दियां वीडियोज़ होणगियां। मीन टू से जिवें कि कंप्यूटर दे सब्जेक्ट्स हो गए, माइक्रो प्रोसैसर, ओपरेटिंग सिस्टम, या जिहड़े हार्डवेयर डिवाइसिस हो गईआं जिवें कीबोर्ड, माउस, मदरबोर्ड। डिटेल च जानकारी कि कीड़ी डिवाइस किवें काम करती है, उहदे अंदर किहड़े किहड़े पार्ट्स हुंदे ने, हर चीज़ की इनफॉर्मेशन तुहानूं दित्ती जाऊगी। सो इहदा फायदा होगा जिहड़े स्टूडेंट्स आई टी च स्टडी कर रहे ने, जिवें बी सी दी स्टडी कर रहे ने, बी टैक की स्टडी कर रहे ने, मास्टर डिग्री कर रहे ने आई टी के अंदर, तां उहनां सारिआं नूं फायदा होण वाला है। सो अज दा टॉपिक है कि कीबोर्ड किवें काम करता है, किवें कीबोर्ड नूं पता लग जांदा है कि यूजर ने ਕਿਹੜੀ ਕੀ ਪ੍ਰੈਸ ਕੀਤੀ ਸੀ, ਤੇ ਉਹ ਕਿਵੇਂ ਅੱਗੇ ਕੰਪਿਊਟਰ ਨੂੰ ਸਮਝਾਉਂਦਾ ਹੈ ਕਿ ਕੀਬੋਰਡ ਤੋਂ ਕੀ ਇਨਪੁਟ ਆਈ ਹੈ। ਇਸ ਦੇ ਬਾਰੇ ਤੁਹਾਨੂੰ ਡਿਟੇਲ 'ਚ ਜਾਣਕਾਰੀ ਮਿਲੂਗੀ, ਸਾਰੀ ਦੀ ਸਾਰੀ ਇਨਫੋਰਮੇਸ਼ਨ ਜੋ ਵੀ ਰਿਕੁਆਇਰਡ ਹੈ। ਜੇ ਫਿਰ ਵੀ ਤੁਹਾਡਾ ਕੋਈ ਕੁਐਸਚਨ ਬਚ ਜਾਂਦਾ ਹੈ ਤਾਂ ਪਲੀਜ਼ ਕਮੈਂਟ 'ਚ ਦੱਸਿਓ ਕਿ ਕੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ, ਉਹਦਾ ਆਨਸਰ ਤੁਹਾਨੂੰ ਜ਼ਰੂਰ ਮਿਲੇਗਾ। ਸੋ ਸਟਾਰਟ ਕਰਦੇ ਹਾਂ ਕੀਬੋਰਡ ਤੋਂ। ਤੁਹਾਨੂੰ ਪਤਾ ਹੀ ਹੋਵੇਗਾ ਕਿ ਕੀਬੋਰਡ ਇੱਕ ਇਨਪੁੱਟ ਡਿਵਾਈਸ ਹੈ। ਫਿਰ ਵੀ ਕਾਫੀ ਸਾਰੇ ਸਟੂਡੈਂਟਸ ਐਵੇਂ ਦੇ ਹੋਣਗੇ ਜਿਹੜੇ ਫਰੈਸ਼ਰ ਹੋਣਗੇ, ਉਹਨਾਂ ਨੂੰ ਸ਼ਾਇਦ ਹਜੇ ਡਿਟੇਲ ਨਹੀਂ ਪਤਾ ਹੋਏਗੀ ਕਿ ਇਨਪੁੱਟ ਡਿਵਾਈਸ ਕੀ ਹੁੰਦੀ ਹੈ। ਤਾਂ ਫਰੈਂਡਸ, ਇਨਪੁੱਟ ਡਿਵਾਈਸ ਇੱਕ ਇਹੋ ਜਿਹੀ ਡਿਵਾਈਸ ਹੈ ਜਿਹਦੇ 'ਚ ਤੁਸੀਂ ਇਨਪੁੱਟ ਸੈਂਡ ਕਰਦੇ ਹੋ ਕੰਪਿਊਟਰ ਨੂੰ। ਜਿਵੇਂ ਇੱਕ ਕੀਬੋਰਡ ਹੋ ਗਿਆ, ਤੁਸੀਂ ਬਟਨ ਪ੍ਰੈਸ ਕਰਦੇ ਹੋ, ਉਹ ਇੱਕ ਇਨਪੁੱਟ ਜਾਂਦੀ ਹੈ ਕੀਬੋਰਡ ਦੇ ਕੰਪਿਊਟਰ ਦੇ ਅੰਦਰ। ਮਾਊਸ ਇੱਕ ਇਨਪੁੱਟ ਡਿਵਾਈਸ ਹੈ, ਜਦੋਂ ਤੁਸੀਂ ਕੋਈ ਬਟਨ ਪ੍ਰੈਸ ਕਰਦੇ ਹੋ ਤਾਂ ਕੰਪਿਊਟਰ ਦੇ ਅੰਦਰ ਇਨਪੁੱਟ ਜਾਂਦੀ ਹੈ ਮਾਊਸ ਤੋਂ। ਤਾਂ ਇਹ ਸਾਰੀਆਂ ਇਨਪੁੱਟ ਡਿਵਾਈਸਿਸ ਨੇ। ਪ੍ਰਿੰਟਰ ਇੱਕ ਆਊਟਪੁੱਟ ਡਿਵਾਈਸ ਹੈ। ਸੋ ਕੀਬੋਰਡ ਕੰਮ ਕਿਵੇਂ ਕਰਦਾ ਹੈ? ਕੀਬੋਰਡ ਦੇ ਉੱਤੇ ਕਾਫੀ ਸਾਰੇ ਬਟਨਸ ਹੁੰਦੇ ਨੇ। ਮਲਟੀਮੀਡੀਆ ਕੀਬੋਰਡ ਦੇ ਉੱਤੇ ਕੁਝ ਜ਼ਿਆਦਾ ਬਟਨਸ ਹੁੰਦੇ ਨੇ ਜਿਹੜੇ ਮਲਟੀਮੀਡੀਆ ਫੰਕਸ਼ਨਸ ਕੰਟਰੋਲ ਕਰਨ ਲਈ ਹੁੰਦੇ ਨੇ, ਜਿਵੇਂ ਤੁਸੀਂ ਕੋਈ ਸੌਂਗ ਪੌਜ਼ ਕਰਨਾ ਹੋਵੇ ਜਾਂ ਪਲੇ ਕਰਨਾ ਹੋਵੇ, ਵੋਲਿਊਮ ਕੰਟਰੋਲ ਕਰਨਾ ਹੋਵੇ। ਤਾਂ ਜਦੋਂ ਵੀ ਤੁਸੀਂ ਕੀਬੋਰਡ ਦੇ ਉੱਤੋਂ ਕੋਈ ਬਟਨ ਪ੍ਰੈਸ ਕਰਦੇ ਹੋ, ਉਹਦਾ ਇੱਕ ਕੋਡ ਜਨਰੇਟ ਹੁੰਦਾ ਹੈ ਜਿਹੜਾ ਕੰਪਿਊਟਰ ਨੂੰ ਪਾਸ ਹੁੰਦਾ ਹੈ। ਉਸ ਕੋਡ ਤੋਂ ਕੰਪਿਊਟਰ ਨੂੰ ਪਤਾ ਲੱਗਦਾ ਹੈ ਕਿ ਕਿਹੜਾ ਬਟਨ ਪ੍ਰੈਸ ਹੋਇਆ ਸੀ। ਬਟ ਕੀਬੋਰਡ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਕਿਹੜਾ ਬਟਨ ਪ੍ਰੈਸ ਹੋਇਆ? ਹੁਣ ਇਸ ਦੀ ਗੱਲ ਕਰਦੇ ਹਾਂ। ਕੀਬੋਰਡ ਦੇ ਅੰਦਰ ਦੋ ਮੇਨ ਪਾਰਟ ਨੇ। ਇੱਕ ਨੂੰ ਕਹਿੰਦੇ ਨੇ ਕੀ ਮੈਟ੍ਰਿਕਸ, ਤੇ ਦੂਸਰਾ ਹੁੰਦਾ ਹੈ ਕੀਬੋਰਡ ਕੰਟਰੋਲਰ। ਕੀਬੋਰਡ ਕੰਟਰੋਲਰ ਨੂੰ ਕਾਫੀ ਵਾਰ ਕੀਬੋਰਡ ਪ੍ਰੋਸੈਸਰ ਵੀ ਕਿਹਾ ਜਾਂਦਾ ਹੈ। ਕਾਫੀ ਸਾਰੀਆਂ ਬੁੱਕਸ 'ਚ ਕੀਬੋਰਡ ਪ੍ਰੋਸੈਸਰ ਹੀ ਲਿਖਿਆ ਹੋਇਆ ਹੈ। ਤਾਂ ਦੋ ਮੇਨ ਪਾਰਟ ਨੇ, ਕੀ ਮੈਟ੍ਰਿਕਸ ਤੇ ਕੀਬੋਰਡ ਕੰਟਰੋਲਰ। ਦੋਨੋਂ ਮਿਲ ਕੇ ਡਿਸਾਈਡ ਕਰਦੇ ਨੇ ਕਿ ਕਿਹੜਾ ਬਟਨ ਪ੍ਰੈਸ ਹੋਇਆ। ਕੀਬੋਰਡ ਪ੍ਰੋਸੈਸਰ ਇੱਕ ਚਿੱਪ ਹੁੰਦੀ ਹੈ ਜਿਹੜੀ ਕੀ ਮੈਟ੍ਰਿਕਸ ਨੂੰ ਕੰਟਰੋਲ ਕਰਦੀ ਹੈ। ਕੀ ਮੈਟ੍ਰਿਕਸ ਦੋ ਅਲੱਗ ਅਲੱਗ ਤਰ੍ਹਾਂ ਦੀਆਂ ਪਰਤ ਬਣੀਆਂ ਹੁੰਦੀਆਂ ਨੇ, ਤੁਸੀਂ ਕਹਿ ਲਓ, ਜਿਹਦੇ ਅੰਦਰ ਕਾਫੀ ਸਾਰੀਆਂ ਵਾਇਰਸ ਹੁੰਦੀਆਂ ਨੇ। ਤਾਂ ਜਿਹੜੀਆਂ ਉਹ ਵਾਇਰਸ ਨੇ ਇੱਕ ਪਰਤ ਦੇ ਉੱਪਰ ਹੋਰੀਜੈਂਟਲੀ ਤੇ ਇੱਕ ਪਰਤ ਦੇ ਉੱਤੇ ਵਰਟੀਕਲੀ ਦਿੱਤੀਆਂ ਹੁੰਦੀਆਂ ਨੇ। ਫੋਰ ਐਗਜ਼ਾਮਪਲ, ਜੇ ਤੁਸੀਂ ਕੀ ਮੈਟ੍ਰਿਕਸ ਦੀ ਉੱਪਰ ਵਾਲੀ ਸਾਈਡ ਦੇਖਦੇ ਹੋ, ਉਹਦੇ ਉੱਪਰ ਸਾਰੇ ਦੀਆਂ ਸਾਰੀਆਂ ਵਾਇਰਸ ਵਰਟੀਕਲੀ ਜਾ ਰਹੀਆਂ ਨੇ। ਜੇ ਤੁਸੀਂ ਨੀਚੇ ਵਾਲੀ ਸਾਈਡ ਦੇਖਦੇ ਹੋ, ਉਹਦੇ ਉੱਤੇ ਸਾਰੇ ਦੀਆਂ ਸਾਰੀਆਂ ਵਾਇਰਸ ਹੋਰੀਜੈਂਟਲੀ ਜਾ ਰਹੀਆਂ ਨੇ। ਇਹ ਉਲਟਾ ਵੀ ਹੋ ਸਕਦਾ ਹੈ ਮੈਨੂਫੈਕਚਰ ਦੇ ਹਿਸਾਬ ਦੇ ਨਾਲ। ਤਾਂ ਕੀ ਮੈਟ੍ਰਿਕਸ ਦੀ ਇੱਕ ਸਾਈਡ ਦੇ ਅੰਦਰ ਇਲੈਕਟ੍ਰਿਸਿਟੀ ਪਾਸ ਕੀਤੀ ਜਾਂਦੀ ਹੈ, ਇੱਕ ਦੇ ਅੰਦਰ ਨਹੀਂ ਕੀਤੀ ਜਾਂਦੀ। ਬਟ ਦੋਨੋਂ ਜਿਹੜੀਆਂ ਸਾਈਡ ਨੇ, ਦੋਨੋਂ ਜਿਹੜੀਆਂ ਪਰਤਾਂ ਨੇ, ਉਹ ਕੀਬੋਰਡ ਕੰਟਰੋਲਰ ਮਤਲਬ ਕੀਬੋਰਡ ਪ੍ਰੋਸੈਸਰ ਦੇ ਨਾਲ ਜੁੜੀਆਂ ਹੁੰਦੀਆਂ ਨੇ। ਜਦੋਂ ਵੀ ਤੁਸੀਂ ਕੋਈ ਬਟਨ ਪ੍ਰੈਸ ਕਰਦੇ ਹੋ ਤਾਂ ਜਿਹੜੀਆਂ ਉੱਪਰ ਵਾਲੀਆਂ ਵਾਇਰ ਨੇ ਉਹ ਥੱਲੇ ਵਾਲੀਆਂ ਵਾਇਰ ਨੂੰ ਟੱਚ ਕਰਦੀਆਂ ਨੇ, ਕਿਉਂਕਿ ਜਿੱਥੇ ਜਿੱਥੇ ਵੀ ਉਹ ਵਾਇਰ ਕੱਟਦੀਆਂ ਨੇ ਉੱਥੇ ਉੱਥੇ ਹੀ ਤੁਹਾਡਾ ਇੱਕ ਇੱਕ ਬਟਨ ਲੱਗਿਆ ਹੋਇਆ। ਜਦੋਂ ਤੁਸੀਂ ਬਟਨ ਪ੍ਰੈਸ ਕੀਤਾ, ਉੱਪਰ ਵਾਲੀ ਵਾਇਰ ਦੇ ਅੰਦਰ ਕਰੰਟ ਆ ਰਿਹਾ ਹੈ, ਤਾਂ ਕੀਬੋਰਡ ਪ੍ਰੋਸੈਸਰ ਨੂੰ ਪਤਾ ਹੈ ਕਿ ਉਹ ਕਿਹੜੀ ਵਾਇਰ ਦੇ ਵਿੱਚੋਂ ਕਰੰਟ ਆ ਰਿਹਾ ਹੈ। ਜਦੋਂ ਤੁਸੀਂ ਬਟਨ ਪ੍ਰੈਸ ਕਰਦੇ ਹੋ ਤਾਂ ਉਹ ਕਰੰਟ ਨੀਚੇ ਵਾਲੀ ਜਿਹੜੀ ਪਰਤ ਹੈ ਉਹਦੀ ਵਾਇਰ ਦੇ ਵਿੱਚੋਂ ਚਲਿਆ ਜਾਂਦਾ ਹੈ। ਤਾਂ ਉੱਥੋਂ ਕੀਬੋਰਡ ਪ੍ਰੋਸੈਸਰ ਮੀਨ ਟੂ ਸੇ ਕੀਬੋਰਡ ਕੰਟਰੋਲਰ ਚੈੱਕ ਕਰਦਾ ਹੈ ਕਿ ਕਿਹੜੀ ਵਾਇਰ ਦੇ ਵਿੱਚੋਂ ਕਰੰਟ ਗਿਆ ਸੀ ਤੇ ਕਿਹੜੀ ਵਾਇਰ ਦੇ ਵਿੱਚੋਂ ਕਰੰਟ ਵਾਪਿਸ ਮਿਲਿਆ। ਤਾਂ ਉਹਨਾਂ ਦੋਨਾਂ ਵਾਇਰ ਦੇ ਕੰਬੀਨੇਸ਼ਨ ਦੇ ਨਾਲ ਕੀਬੋਰਡ ਪ੍ਰੋਸੈਸਰ ਦੇਖਦਾ ਹੈ ਕਿ ਕਿਹੜਾ ਬਟਨ ਪ੍ਰੈਸ ਹੋਇਆ ਸੀ। ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਬਟਨ ਪ੍ਰੈਸ ਹੋਇਆ ਸੀ, ਤਾਂ ਉਹਦਾ ਇੱਕ ਕੋਡ ਜਨਰੇਟ ਕਰਦਾ ਹੈ। ਉਹ ਕੋਡ ਕੀਬੋਰਡ ਪ੍ਰੋਸੈਸਰ ਕੰਪਿਊਟਰ ਨੂੰ ਸੈਂਡ ਕਰ ਦਿੰਦਾ ਹੈ। ਉਹ ਕੋਡ 8 ਡਿਜਿਟ ਦਾ ਹੋ ਸਕਦਾ ਹੈ, 7 ਡਿਜਿਟ ਦਾ ਹੋ ਸਕਦਾ ਹੈ,
ਉਹ ਅਲੱਗ ਅਲੱਗ ਟਾਈਪ ਦੀ ਕੋਡ ਕੰਬੀਨੇਸ਼ਨ ਹੈ ਜਿਹੜੀ ਤੁਹਾਨੂੰ ਮੈਂ ਨੈਕਸਟ ਵੀਡੀਓ 'ਚ ਦੱਸੂਂਗਾ ਕਿਵੇਂ ਕੰਮ ਕਰਦੀ ਹੈ, ਉਹ ਕਿਵੇਂ ਬਣਦੀ ਹੈ, ਉਹਦਾ ਬੈਕਗ੍ਰਾਉਂਡ ਕੀ ਹੈ, ਤੇ ਅੱਜ ਦੇ ਟਾਈਮ 'ਚ ਕਿਹੜੀ ਕੰਬੀਨੇਸ਼ਨ ਯੂਜ਼ ਹੋ ਰਹੀ ਹੈ। ਸੋ ਇਹ ਸੀ ਕੀਬੋਰਡ ਦੀ ਜਾਣਕਾਰੀ। ਫਿਰ ਵੀ ਜੇ ਤੁਹਾਡਾ ਕੋਈ ਕੁਐਸਚਨ ਹੈ ਤਾਂ ਕਮੈਂਟ 'ਚ ਦੱਸਿਓ ਕਿਹੜਾ ਕੁਐਸਚਨ ਹੈ, ਅਸੀਂ ਉਹਦਾ ਆਂਸਰ ਜ਼ਰੂਰ ਕਰਾਂਗੇ। ਇੱਕ ਹੋਰ ਇੰਪੋਰਟੈਂਟ ਗੱਲ, ਤੁਹਾਡੇ IT ਦਾ ਕੋਈ ਵੀ ਸਬਜੈਕਟ ਹੋਵੇ, ਜਿਹਦਾ ਕੋਈ ਵੀ ਮੋਡਿਊਲ ਹੋਵੇ, ਕੋਈ ਵੀ ਕੁਐਸਚਨ ਹੋਵੇ ਜਿਹੜਾ ਤੁਹਾਨੂੰ ਸਮਝ ਨਾ ਆ ਰਿਹਾ ਹੋਵੇ, ਤੁਸੀਂ ਪਲੀਜ਼ ਕਮੈਂਟ ਕਰੋ, ਸਾਨੂੰ ਈਮੇਲ ਕਰੋ, ਅਸੀਂ ਉਹਦੇ ਤੇ ਸਪੈਸ਼ਲ ਵੀਡੀਓ ਬਣਾਵਾਂਗੇ ਜਿਹਦੇ 'ਚ ਤੁਹਾਨੂੰ ਡਿਟੇਲ 'ਚ ਇਨਫੋਰਮੇਸ਼ਨ ਦਿੱਤੀ ਜਾਊਗੀ। ਅਸੀਂ ਹਰ ਵੀਡੀਓ ਪੰਜਾਬੀ, ਹਿੰਦੀ, ਇੰਗਲਿਸ਼ ਤਿੰਨੇ ਲੈਂਗੁਏਜ 'ਚ ਬਣਾਵਾਂਗੇ। ਸਾਡੀ ਇਹ ਪਹਿਲੀ ਵੀਡੀਓ ਹੈ ਜਿਹੜੀ ਮੈਂ ਪੰਜਾਬੀ 'ਚ ਪਬਲਿਸ਼ ਕਰ ਰਿਹਾ, ਇੰਗਲਿਸ਼ 'ਚ ਵੀਡੀਓ ਵੀ ਤੁਹਾਨੂੰ ਛੇਤੀ ਮਿਲੇਗੀ। ਸੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪੰਜਾਬੀ 'ਚ ਚੰਗੀ ਤਰ੍ਹਾਂ ਨਹੀਂ ਸਮਝ ਆ ਰਹੀ, ਥੋੜ੍ਹੇ ਦਿਨ ਵੇਟ ਕਰੋ, ਤੁਹਾਨੂੰ ਇੰਗਲਿਸ਼ 'ਚ ਵੀਡੀਓ ਛੇਤੀ ਮਿਲੇਗੀ। ਸੋ ਥੈਂਕਸ ਫਰੈਂਡਸ, ਨਵੀਂ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ।